ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ, ਗੁਲਾਮ ਅਹਿਮਦ। ਜਿਵੇਂ ਕਿ ਦੋਸਤਾਂ ਨੂੰ ਪਤਾ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਲੈ ਕੇ ਆਵਾਂ। ਅੱਜ ਵੀ ਜਨਾਬ ਦੋਸਤੋ ਤੁਹਾਡੇ ਵਾਸਤੇ ਦੋ ਮੱਝਾਂ ਦੀ ਵੀਡੀਓ ਲੈ ਕੇ ਆਇਆ। ਵੀਡੀਓ ਵੇਖਣ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਇੱਕ ਲੱਗੇ ਬੈੱਲ ਆਈਕੋਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਤੁਸੀਂ ਵੇਖੋ। ਸਭ ਤੋਂ ਪਹਿਲੇ ਆਪਣਾ ਨੰਬਰ ਹੁੰਦਾ 0348-0668-84, ਇਹੀ ਆਪਣਾ ਇਮੋ ਨੰਬਰ ਹੈ, ਇਹੀ ਆਪਣਾ ਜਨਾਬ ਵਟਸਐਪ ਨੰਬਰ ਹੈ। ਕੈਮਰਾਮੈਨ ਸਾਹਿਬ ਲਾਓ ਜ਼ਰਾ ਆ ਮੱਝ ਨੰਬਰ ਇੱਕ ਵਿਖਾਓ, ਤਸੱਲੀ ਨਾਲ ਵਿਖਾਉਣੀ ਹੈ ਮਾਸ਼ਾਅੱਲਾ। ਇਹ ਕੱਢੀ ਹੈ ਮਾਸ਼ਾਅੱਲਾ, ਖੁੱਡੇ ਪੁੱਠੇ ਢਾਕਾ ਮਾਸ਼ਾਅੱਲਾ, ਹਰ ਚੀਜ਼ ਵਿਖਾਉਣੀ ਹੈ ਬਿਲਕੁਲ ਬਰੀਕ ਚਮੜੀ ਜਨਾਬ। ਇਹ ਜਨਾਬ ਸੂਣ ਵਾਲੀ ਹੈ, ਕਿੰਨੇ ਦਿਨ ਲੈਂਦੀ ਹੈ, ਕਿਹੜੀ ਜੋ ਇਹਦੀ ਡਿਟੇਲ ਹੈ ਚਾਚੇ ਨੇ ਪੁੱਛਾਂਗੇ ਇਨਸ਼ਾਅੱਲਾ। ਖੱਬੇ ਪਾਸੇ ਦਾ ਵਾਹਨਾ ਮਾਸ਼ਾਅੱਲਾ, ਮੁੱਠ ਮੁੱਠ ਥਣ ਲੱਗਿਆ, ਗਿਰਦੇ ਵਿਰਲਾ ਨੇ ਹਰ ਚੀਜ਼ ਕੈਮਰੇ ਲਾਓ ਤਾਂ ਕਿ ਤਸੱਲੀ ਨਾਲ ਵਿਖਾਈਏ ਆਪਣੇ ਵੇਖਣਾ ਨੇ ਜਨਾਬ, ਕਿਸੇ ਕਿਸਮ ਦਾ ਓਹਲਾ ਨਾ ਰਹੇ, ਤਸੱਲੀ ਕਰਵਾ ਦਿਓ। ਮਾਸ਼ਾਅੱਲਾ ਪਿਓਰ ਨੀਲੀ ਦੇ ਜਾਨਵਰ ਹੈ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਦੋਸਤਾਂ ਦੇ ਵੀਰਾਂ ਵਾਸਤੇ ਜਨਾਬ ਪਿਓਰ ਨੀਲੀ ਦੇ ਬ੍ਰਾਂਡ ਲੈ ਕੇ ਆਈਏ। ਅੱਜ ਵੀ ਦੋਸਤੋ ਜਿਹੜੀਆਂ ਦੋ ਮੱਝਾਂ ਲੈ ਕੇ ਆਇਆ, ਅੱਲਾ ਦੀ ਮਿਹਰਬਾਨੀ ਨਾਲ ਪਿਓਰ ਨੀਲੀ ਦੀਆਂ ਨੇ। ਵਿਖਾਓ ਜਨਾਬ ਇਹਦਾ ਕਾਂਠਾ ਸਿੰਘ ਮੋੜੇ ਨੇ ਮਾਸ਼ਾਅੱਲਾ, ਚਿੱਟੀਆਂ ਸ਼ਪੈਦ ਬਲਬਾਂ ਰੰਗੀਆਂ ਅੱਖਾਂ, ਮੱਥਾ ਜਨਾਬ ਚਿੱਟਾ, ਸੋਹਣੀ ਬੂਥੀ ਮਾਸ਼ਾਅੱਲਾ, ਲੰਬੀ ਤੌਣ ਮਾਸ਼ਾਅੱਲਾ, ਹਰ ਚੀਜ਼ ਕੈਮਰੇ ਲਿਆਓ ਮਾਸ਼ਾਅੱਲਾ। ਨਾ ਤੁੰਨੀ ਨਾ ਕੌੜੀ ਨਾ ਕੋਈ ਚੀਜ਼ ਜਨਾਬ, ਸਾਫ਼ ਸੁਥਰੀ ਹੈ, ਸੋਹਣੇ ਥਣ ਲੱਗੇ ਨੇ ਮਾਸ਼ਾਅੱਲਾ, ਮੁੱਠ ਮੁੱਠ ਥਣ ਲੱਗਿਆ, ਗਿੱਠ ਗਿੜਦੇ ਵਿਰਲਾਂ, ਤਸੱਲੀ ਨਾਲ ਵਿਖਾਉਣਾ। ਬਾਕੀ ਦੋਸਤੋ ਕਿੰਨੇ ਦੇਣੇ ਲੈਂਦੀ ਹੈ, ਇਹ ਬਾਕੀ ਸਾਰੀ ਡਿਟੇਲ ਲੈ ਕੇ ਦੇਵਾਂਗੇ ਚਾਚੇ ਜੀ ਨੂੰ। ਟੋਰੋ ਹੱਥੋੜਾ ਕੈਮਰਾਮੈਨ ਸਾਹਿਬ ਟੁਰਦੀ ਫਿਰਦੀ ਤਸੱਲੀ ਨਾਲ ਵਿਖਾਉਣੀ ਹੈ, ਤਾਂ ਕਿ ਆਪਣੇ ਦੋਸਤਾਂ ਨੂੰ ਜਨਾਬ ਸਮਝ ਆਵੇ ਕਿ ਜਨਾਬ ਰਿਸ਼ਤੇਦਾਰਾਂ ਜਾਂ ਕੋਈ ਕੰਡਾ ਛੰਡਾ ਤਾਂ ਨਹੀਂ ਲੱਗਿਆ ਮਾਸ਼ਾਅੱਲਾ। ਸੋਹਣੀਆਂ ਟੋਰਾਂ ਨੇ, ਤਸੱਲੀ ਨਾਲ ਵਿਖਾਓ ਤਾਂ ਕਿ ਜਨਾਬ ਮੋੜ ਲਿਆ ਚਾਚਾ ਜੀ, ਮੋੜ ਲਿਆ, ਮੋੜ ਲਿਆ, ਮੋੜ ਲਿਆ ਮਾਸ਼ਾਅੱਲਾ। ਥੱਬੇ ਪਰਦਾ ਇਹਦਾ ਲੇਵਾ ਮਾਸ਼ਾਅੱਲਾ। ਬਾਕੀ ਜੋ ਡਿਟੇਲ ਹੈ ਇਨਸ਼ਾਅੱਲਾ ਚਾਚੇ ਜੀ ਬੰਦੇ ਨੇ ਤਾਂ ਸਾਰੀ ਡਿਟੇਲ ਲੈਂਦੇ ਹਾਂ ਆਪਾਂ। ਚਾਚਾ ਜੀ ਨੂੰ ਬੰਨ ਕੇ ਦਾ ਰਾਹ ਸਾਡੇ ਕੋਲ ਮਾਸ਼ਾਅੱਲਾ, ਕੱਦ ਕਾਠ ਬੜਾ ਮਾਸ਼ਾਅੱਲਾ। ਚਲੋ ਕੈਮਰਾਮੈਨ ਸਾਹਿਬ ਵਿਖਾਓ ਇੱਕ ਵਾਰੀ ਮੱਝ ਨੰਬਰ 2 ਵਿਖਾਓ ਜਨਾਬ। ਇਹ ਜਨਾਬ ਸੂਈ ਵੀ ਮੱਝ ਹੈ, ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਇਹ ਸਾਰੀ ਡਿਟੇਲ ਲੈ ਕੇ ਦੇਵਾਂਗੇ। ਮਗਰ ਇਹਦੇ ਜਨਾਬ ਕੱਟਾ ਹੈ, ਇਹ ਕੱਢੀ ਹੈ ਜਨਾਬ, ਖੁੱਡੇ ਪੁੱਠੇ ਢਾਕਾਂ, ਹਰ ਚੀਜ਼ ਤਸੱਲੀ ਨਾਲ ਵਿਖਾਓ ਮਾਸ਼ਾਅੱਲਾ। ਅੱਲਾ ਦੇ ਹੁਕਮ ਦੇ ਨਾਲ ਇਨਸ਼ਾਅੱਲਾ ਜਿਹੜਾ ਵੀ ਤੁਹਾਡਾ ਵੀਰ ਜਿਹੜਾ ਵੀ ਜਾਨਵਰ ਲੈ ਕੇ ਆਉਂਦਾ, ਕੋਸ਼ਿਸ਼ ਕਰਕੇ ਇਨਸ਼ਾਅੱਲਾ ਪਿਓਰ ਨੀਲੀ ਦਾ ਜਾਨਵਰ ਲੈ ਕੇ ਆਉਂਦਾ, ਨੀਲੀ ਦੀ ਮੱਝ ਲੈ ਕੇ ਆਉਂਦੀ ਦੋਸਤੋ ਤੁਹਾਡੇ ਵਾਸਤੇ ਮਾਸ਼ਾਅੱਲਾ। ਸੋਹਣਾ ਜਨਾਬ ਥਣ ਲੱਗਿਆ, ਮੁੱਠ ਮੁੱਠ ਗਿੱਠ ਗਿੱਠ ਦੀਆਂ ਵਿਰਲਾਂ, ਨਾ ਤੁੰਨੀ ਨਾ ਕੌੜੀ ਜਨਾਬ, ਕੋਈ ਚੀਜ਼ ਨਹੀਂ ਹੈ, ਬਿਲਕੁਲ ਸਾਫ਼ ਸੁਥਰੀ ਹੈ, ਕੱਦ ਕਾਟ ਬੜਾ ਮਾਸ਼ਾਅੱਲਾ, ਚੱਪਾ ਚੱਪਾ ਪਸ਼ਮ ਹੈ ਜਨਾਬ, ਕਾਲੀਆਂ ਸ਼ਾਹ ਅੱਖਾਂ ਮਾਸ਼ਾਅੱਲਾ ਮਣ ਮਣ ਦੀਆਂ, ਕਾਠਾਂ 'ਚ ਸਿੰਘ ਮੋੜੇ ਨੇ, ਮੱਥੇ 'ਤੇ ਜਨਾਬ ਚਿੱਟੀ ਫੁੱਲੀ ਹੈ, ਜਿਸਮ 'ਤੇ ਜਨਾਬ ਪਸ਼ਮ ਹੈ ਚੱਪਾ ਚੱਪਾ। ਬਾਕੀ ਜੋ ਡਿਟੇਲ ਹੈ ਸਾਰੀ ਮਾਲਕੋ ਆਪਾਂ ਲੈ ਕੇ ਦੇਵਾਂਗੇ ਚਾਚੇ ਜੀ ਨੂੰ। ਟੋਰੋ ਹਜ਼ਾਰ ਮਾਸ਼ਾਅੱਲਾ, ਲੇਵਾ ਵਿਖਾਓ ਇਹਦਾ, ਖੱਬੇ ਪਾਰ ਦਾ ਵਾਹਨਾ ਮਾਸ਼ਾਅੱਲਾ। ਇਹ ਜਨਾਬ ਸੂਈ ਹੈ, 3-4 ਦਿਨ ਹੋ ਗਏ ਨੇ, ਬਾਕੀ ਸਾਰੀ ਡਿਟੇਲ ਲੈ ਕੇ ਦਿੰਦੇ ਹਾਂ। ਟੁਰਦੀ ਫਿਰਦੀ ਵਿਖਾਓ ਜਨਾਬ, ਪੈਰ 'ਚ ਕੋਈ ਕੰਡਾ ਛੰਡਾ ਤਾਂ ਨਹੀਂ ਹੈ ਚਾਚਾ ਜੀ? ਟੋਰੋ ਜ਼ਰਾ ਇਹਨੂੰ ਮਾਸ਼ਾਅੱਲਾ, ਟੋਰ ਫਿਰ ਕੇ ਵਿਖਾਵਾਂਗੇ, ਤਸੱਲੀ ਕਰਵਾਵਾਂਗੇ ਇਨਸ਼ਾਅੱਲਾ, ਕਿਸੇ ਕਿਸਮ ਦਾ ਸ਼ੱਕ ਸ਼ੁਬਾ ਨਹੀਂ ਛੱਡਾਂਗੇ ਇਨਸ਼ਾਅੱਲਾ। ਬਾਕੀ ਇਹਦੀ ਜੋ ਡਿਟੇਲ ਇਨਸ਼ਾਅੱਲਾ ਲੈ ਕੇ ਦੇਵਾਂਗੇ ਚਾਚਾ ਜੀ। ਮੋੜੋ ਪੁੱਤਰ ਬੰਨੋ ਚਾਚਾ ਜੀ ਨੂੰ। ਦੋਸਤੋ ਲੈਣੇ ਦੇਣੇ ਨਸੀਬ ਹੁੰਦੇ ਨੇ, ਸੌਦੇ ਨੇ ਮੁਕੱਦਰਾਂ ਨਾਲ, ਜਿਹਦੇ ਨਸੀਬ 'ਚ ਆਉਣਗੇ ਲੈਣਗੇ ਉਹੀ ਇਨਸ਼ਾਅੱਲਾ। ਲੇਕਿਨ ਕੋਸ਼ਿਸ਼ ਕਰਕੇ ਅਸੀਂ ਹਰ ਰੋਜ਼ ਕੀ ਰੋਜ਼ਾਨਾ ਦੀ ਇਨਸ਼ਾਅੱਲਾ ਕੋਸ਼ਿਸ਼ ਕਰਨੇ ਹਾਂ ਕਿ ਆਪਣੇ ਦੋਸਤਾਂ ਵਾਸਤੇ ਜਨਾਬ ਪਿਓਰ ਨੀਲੀ ਦੇ ਜਾਨਵਰ ਲੈ ਕੇ ਆਈਏ।
ਮਾਸ਼ਾਅੱਲਾ ਜਿਹੜੀ ਆ ਮੱਝ ਨੰਬਰ 2 ਤੁਹਾਨੂੰ ਵਿਖਾਉਣ ਦਾ ਅੱਲਾ ਦੇ ਹੁਕਮ ਨਾਲ ਮਾਸ਼ਾਅੱਲਾ ਇਹ ਚੁਆਈ ਤੋਂ ਪਹਿਲੇ ਇਨਸ਼ਾਅੱਲਾ ਮੇਲਾ ਲਾਉਂਦੀ ਹੈ, ਹੁਣ ਵੀ ਮਾਸ਼ਾਅੱਲਾ ਮੇਲਾ ਲਾਈ ਖੜੀ ਹੈ। ਇਹ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਸਾਰੀ ਡਿਟੇਲ ਲੈਂਦੇ ਹਾਂ, ਬਾਕੀ ਇਹਦਾ ਜੋ ਹਿਸਾਬ ਕਿਤਾਬ ਆ ਸਾਰੀ ਜਨਾਬ ਗੱਲਬਾਤ ਪੁੱਛ ਕੇ ਦੱਸਦੇ ਹਾਂ। ਚਾਚਾ ਜੀ ਆਓ ਖਾਂ। ਚਾਚਾ ਜੀ ਕੀ ਹਾਲ ਚਾਲ? ਠੀਕ ਠਾਕ। ਚਾਚਾ ਜੀ ਸਭ ਤੋਂ ਪਹਿਲੇ ਤੁਸੀਂ ਇਹ ਦੱਸਣਾ ਹੈ ਕਿ ਜਿਹੜੀ ਆ ਮੱਝ ਨੰਬਰ 2 ਇਹਦੇ ਮਗਰ ਕੀ ਹੈ? ਕੱਟਾ। ਕੱਟਾ ਕੈਮਰਾਮੈਨ ਸਾਹਿਬ? ਹਾਂ ਜੀ ਕੱਟਾ। ਇਹ ਜਨਾਬ ਕੱਟਾ ਹੈ ਦੋਸਤੋ, ਪੰਜਾਂ ਦਿਨਾਂ ਦਾ, ਅੱਜ ਪੰਜਵਾਂ ਦਿਨ ਹੈ ਦੋਸਤੋ। ਤਸੱਲੀ ਨਾਲ ਵਿਖਾ ਦਿਓ ਆਪਣੇ ਦੋਸਤਾਂ, ਜਿਹੜਾ ਸਫੈਦ ਪੁੱਛ ਲਿਆ ਮਗਰ ਇਹ ਕੱਟਾ ਹੈ ਜਨਾਬ, ਚਿੱਟੀਆਂ ਸਫੈਦ ਬਲਬਾ ਰੰਗੀਆਂ ਨੇ ਅੱਖਾਂ ਨੇ ਮਾਸ਼ਾਅੱਲਾ, ਸਫੈਦ ਜਨਾਬ ਮੱਥੇ ਦੇ ਵਾਲ ਨੇ ਇਹਦੇ। ਚਾਚਾ ਜੀ ਆਓ ਹਾਂ। ਅੱਛਾ ਚਾਚਾ ਜੀ ਇਹ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਪੰਜ ਦਿਨ। ਪੰਜ ਦਿਨ ਹੋ ਗਏ। ਇਹਦੇ ਕੋਈ ਥਣਾਂ ਦੇ ਵਿੱਚ ਕੋਈ ਖੁਆਰ ਛੱਟਾ ਨਾੜ ਕੋਈ ਕੋਈ ਰੌਲਾ? ਚੰਗਾ ਚੋਣ ਇਹਦਾ ਖੁੱਲ ਪੋਲਾ ਕਿ ਪੋਲਾ ਪੋਲਾ ਰੂਮਰ ਪੋਲਾ ਰੂਰ ਅੱਲਾ ਦੇ ਹੁਕਮ ਨਾਲ। ਅੱਛਾ ਚਾਚਾ ਜੀ ਇਹ ਆਪਾਂ ਚੁਆਈ ਵੀ ਕਰਕੇ ਦੇ ਦਈਏ, ਦੋ ਬਾਅਦ ਨਹੀਂ ਦੱਸਣਾ, ਦੋ ਟਾਈਮ। ਇਹ ਇਸ ਟਾਈਮ ਮੌਕੇ 'ਤੇ ਦੁੱਧ ਕਿੰਨਾ ਹੈਗਾ? 12 ਕਿਲੋ। 12 ਕਿਲੋ? ਹਾਂ। ਬੱਚੇ ਨੂੰ ਪੰਜਾਂ ਬੱਚੇ ਨੂੰ ਟਿਕਾ, ਇੱਕ ਥਣ ਪਿਛਲਾ ਬੱਚੇ ਨੂੰ ਪਿਆ ਕੇ 3 ਚੋਲ ਹੈ। ਅੱਛਾ ਅਤੇ ਇਹ ਅਕੀਏ ਤੋਂ ਬਾਅਦ ਵਧੇਗੀ ਜੀ ਇੰਨੇ ਰਵੇ? ਅੱਲਾ ਦੇ ਹੁਕਮ ਨਾਲ 18 ਕਿਲੋ ਦੀ ਮਾਲਕ ਆ। 18 ਕਿਲੋ? ਹਾਂ। ਇਹਨੂੰ 18 ਕਿਲੋ ਦੁੱਧ ਨਾਲ ਦੇਣ ਦਾ ਗੱਲ ਕਰੀ, ਉਹ ਦੂਜੇ ਤਾਂ ਮੈਂ ਸੂਈ ਦੂਜਿਆਂ ਨੂੰ। ਹਾਂ। ਅੱਛਾ ਹੁਣ ਆਪਾਂ ਇੱਥੋਂ ਹੀ ਰੇਟ ਦੁਬਾਰਾ ਜਾਣਾ ਉੱਧਰ, ਠੀਕ ਹੈ? ਇਹਦੇ ਮੁਹੱਬਤ ਅਤੇ ਪਿਆਰ ਵਾਲਾ ਰੇਟ ਆਪਾਂ ਕਰਨਾ, ਮੁੱਲੇ ਦਾ ਮੁੱਲੇ ਦਾ ਕਰੋ, ਕਿੰਨਾ ਕਰਦੇ? ਜਾਇਜ਼ ਜਾਇਜ਼ ਕਰ, ਜਾਇਜ਼ ਮੁਨਾਸਬ ਰੇਟ 2,40,000। 2,40,000? ਹਾਂ ਜਾਇਜ਼। ਪਿਆਰ ਮੁਹੱਬਤ? ਪਿਆਰ ਮੁਹੱਬਤ ਕਰ ਲਈ, ਕਰ ਲਾਂਗੇ, ਠੀਕ ਹੋ। ਹਾਂ ਲਓ ਵੀ ਦੋਸਤੋ, 2,40,000 ਰੁਪਏ ਵਿੱਚ ਪਿਆਰ ਮੁਹੱਬਤ ਹੈ। ਚੋਟੀ ਨੰਬਰ ਲੈ ਚਲੋ ਜੀ, ਮੱਝ ਨੰਬਰ 1 ਤੇ ਆਉਣ, ਇੱਥੇ ਖੜੋ ਕੇ ਚਾਚਾ ਜੀ ਦੱਸੋ, ਜਿਹੜੀ ਉਹ ਮੱਝ ਨੰਬਰ 1 ਹੈ ਸੂਣਾ ਵੀ ਹੈ, ਕਿੰਨੇ ਕੁ ਦਿਨ ਲੈਂਦੀ ਹੈ? ਉਹਨੇ ਲੈ ਜਾਣੇ ਹਜੇ 8-9 ਦਿਨ। 8-9 ਦਿਨ ਅਧਰ ਆਊਗਾ, ਯਾਨੀ ਕਿ 8-9 ਦਿਨ ਲੈ ਜਾਏਗੀ, ਇਹ ਮਜ਼ੀਦ ਵਧੇਗੀ ਇੱਥੇ ਰਹੇਗੀ? ਔਰ ਖੱਬੇ ਮੇਰੇ ਤੋਂ ਕਰਮਾ ਆਇਆ ਤਾਂ ਕੀ ਕਰਨਾ, ਇੱਥੇ ਕੋਲ ਰਹੂਗੀ? ਅਤੇ ਸੂਆ ਕਿੰਨਾ ਸੂਣਾ? ਇਹ ਦੂਜਾ। ਦੂਜਾ? ਇਹ ਦੂਜੇ। ਅਤੇ ਬਾਕੀ ਇਹਦੇ ਖਾਣਾ ਵਿੱਚ ਕੋਈ ਮਸਲਾ? ਕੋਈ ਰੌਲਾ ਕੋਈ ਲੋ, ਗਰੰਟੀ ਦੇਵਾਂਗੇ ਆਪਾਂ ਤੋਂ, ਗਰੰਟੀ, ਠੀਕ ਹੋ ਗਿਆ? ਹਰ ਕਿਸਮ ਪਿਆਰ ਮੁਹੱਬਤ ਵਾਲਾ ਰੇਟ, ਅੱਲਾ ਦੇ ਹੁਕਮ, ਪਿਆਰ ਮੁਹੱਬਤ ਵਾਲਾ ਰੇਟ ਦੱਸੋ। ਰੇਟ? ਹਾਂਜੀ ਰੇਟ ਮੈਂ ਦੇਣਾ 2,50,000 ਜੀ। 2,50,000 ਰੁਪਏ? ਹਾਂ। ਪਿਆਰ ਮੁਹੱਬਤ ਹੋਏਗਾ? ਹਾਂ ਹੋਜੂ। ਲਓ ਮੇਰੇ ਦੋਸਤੋ, 2,00,000 ਕਰ ਲਾਂਗਾ, ਠੀਕ ਹੋ ਗਿਆ? ਹਾਂ ਪਿਆਰ ਮੁਹੱਬਤ ਦੀ ਕੋਈ 2,50,000 ਰੁਪਏ ਵਿੱਚ ਪਿਆਰ ਮੁਹੱਬਤ ਗਰੰਟੀਆਂ ਇਨਸ਼ਾਅੱਲਾ ਫੁੱਲ ਪੂਰੀਆਂ, ਪਿਆਰ ਮੁਹੱਬਤ ਫੁੱਲ ਫੁੱਲ ਹੋਏਗਾ ਇਨਸ਼ਾਅੱਲਾ ਤਾਲਾ, ਤੇ ਬਾਕੀ ਗਰੰਟੀਆਂ ਪੂਰੀਆਂ ਨੇ। ਇਹ ਚਾਚੇ ਦੇ ਕੋਲ ਅਸੀਂ ਅੱਗੇ ਮਾਸ਼ਾਅੱਲਾ 2-3 ਮੱਝਾਂ ਖਰੀਦ ਕੇ, ਕੋਈ ਯਾਰ ਰੌਲਾ ਨਹੀਂ ਇਹਨਾਂ ਦੇ ਥਣਾਂ ਦੇ ਵਿੱਚ, ਟਣਾ ਟਣ ਚੋਣ। ਹਾਂਜੀ ਇਹ ਚਾਚੇ ਦੇ ਮੱਝਾਂ ਇਨਸ਼ਾਅੱਲਾ ਅੱਗੇ ਵੀ ਅਸੀਂ ਲੈ ਖਰੀਦ ਕੇ ਤੇ ਦੋਸਤਾਂ ਨੂੰ ਦਿੱਤੀਆਂ ਨੇ ਇਨਸ਼ਾਅੱਲਾ, ਗਰੰਟੀਆਂ ਆਮਾ ਕਰ ਲਿਆ ਕੋਈ ਲਾਭ? ਹਾਂ ਜੇ ਕਹਿ ਲਾਮਾ ਆ ਤਾਂ ਦੱਸ ਦੇ। ਇੱਕ ਮੱਝ ਜਨਾਬ ਅਜੇ ਵੀ ਸਾਡੇ ਘਰ ਖੜੀ ਹੈ ਇਹਨਾਂ ਦੀ, ਆਪਣੇ ਦੋਸਤ ਵੀਰ ਦੀ ਜਨਾਬ ਇਨਸ਼ਾਅੱਲਾ, ਜਿਹੜਾ ਮਾਸ਼ਾਅੱਲਾ ਦੱਸਿਆ ਉਹਨਾਂ ਹੀ ਦਿੱਲੀ ਉਹਨਾਂ ਹੀ ਦੇ ਰਹੇ। ਹਾਂ ਚਾਚਾ ਜੀ ਇਨਸ਼ਾਅੱਲਾ ਫੁੱਲ ਫੁੱਲ ਪਿਆਰ ਮੁਹੱਬਤ ਹੈ ਇਨਸ਼ਾਅੱਲਾ, ਗਰੰਟੀਆਂ ਪੂਰੀਆਂ ਨੇ। ਆਪਣਾ ਨੰਬਰ ਹੁੰਦਾ 0348-0688-8 ਇਹੀ ਆਪਣਾ ਇਮੋ ਨੰਬਰ, ਚੱਲਦੀਆਂ 2-2 ਸਾਲ ਦੁੱਧ। ਬਾਕੀ ਜਨਾਬ ਤੁਹਾਨੂੰ ਅੱਜ ਵਾਲੀ ਵੀਡੀਓ ਇਨਸ਼ਾਅੱਲਾ ਉਮੀਦ ਕਰਾਂਗੇ ਪਸੰਦ ਆਵੇਗੀ, ਪਸੰਦ ਆਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਸ਼ੇਅਰ ਵੀ ਕਰਨਾ, ਲਾਈਕ ਵੀ ਕਰਨਾ, ਕਮੈਂਟ ਵੀ ਕਰਨਾ। ਤੁਹਾਨੂੰ ਹੁਣ ਮਿਲਾਂਗੇ ਇੱਕ ਅੱਛੀ ਅਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ ਹੈ, ਪਾਕਿਸਤਾਨ ਹੈ, ਜ਼ਿੰਦਾਬਾਦ।